हैलो एंड वेलकम मुंडियो, की हाल चाल? थोड़ा सारा स्वागत है एक होर नवे ब्लॉग दे विच। किवें मित्रो, आज चाह पी लो, नाल खा लो बिस्कुट। तो कल आप इतें ब्लॉग छड्डिया सी, इतों शुरू कर लिया। तो निशानियां ही लाई जाने, निशानियां ला के थोड़ा कट के दिखाने की बनया। ये बापू दे उठन तो पहला पहला कस दे, मैं कहना इधर तो निबड़ दे लिया मित्रो। कर दे चाचा यार साले जे सारे। हाय हाय हाय, आ क्या लगता यार, किन्ना कलाम चाचा तोड़ने के ना। अड़ते दी और दो पीस चलानी पवे और चारा पूरा ते लगे। धूना नी पुजना चाहिए सवाह। लो मित्रों, जान दी तैयारियां हो गईयां। चाचा समान समूह रखी जांदा, जा इंजन भी नाल ही लै जाणा सी कट के। बस बापू होर पसंद आ गया सानू पाटे ब्लॉक वाला। मिस्त्री साहब आप मूरे होए पए आ, एक टंगिया पे एक रखण नूं ध्यान। पच्ची पच्ची पंजा डीजल लिखा दिखा। कहिंदे मेरे वीडियो ड्राइवर चाचा मेरे सारा दूजी तीजी वारी चलाया ना, सड़क ते नहीं चलाया कदे। ਕਿਵੇਂ ਲੱਗਦਾ ਚਲਾਉਣ ਚ? ਕੱਟ ਕੁੱਟ ਮਾਰ ਕੇ ਵੇਖ ਆ ਸਟੀਅਰਿੰਗ ਨਾਲ, ਡਰ ਜਿਹਾ ਲੱਗਦਾ ਭਜਾ ਕੇ ਵੇਖੋ ਨਹੀਂ ਹੁੰਦਾ। ਨਹੀਂ ਚਾਚਾ ਕਹਿੰਦਾ ਨਹੀਂ। ਤੇ ਮਿੱਤਰੋ ਪਿੰਡ ਨੂੰ ਛੇਕਤਾ ਤੇ ਕੱਲ ਨੂੰ ਪਹੁੰਚ ਜਾਣਾ। ਕੱਲ ਨੂੰ ਲਿਆਉਂਦੇ ਆ, ਦੇਖਦੇ ਮਿੱਤਰੋ ਅੱਜ ਜਾ ਕੇ ਦੇਖਦੇ ਕਿਉਂਕਿ ਤੁਸੀਂ ਕਰ ਲਿਆ ਪਤੰਗਾਂ ਵੀ। ਤੇ ਕੱਲ ਨੂੰ ਤੁਹਾਨੂੰ ਪਤੰਗਾਂ ਲਈ ਵੀਡੀਓ ਦੇਖ ਸਕਦੇ ਹੋ, ਪਤੰਗਾਂ ਦੇ ਬਹੁਤ ਚਾਹ ਵਾਣਾ। रास्ते का सफर थोड़ा दिखावे। तो चाचा मैं कहना चाचे ने मुदेड़ मोचर कंड खिंच दे चाचा। बस चला ला हूं तू। नहीं नहीं चलाई देखना मैप कितों दी है। ਇਹਨਾਂ ਦੇ ਪੱਗ ਕਿੰਨੇ ਬੰਨਤੀ ਲੱਗੀ ਬਾਈ, ਇਹਨਾਂ ਨੂੰ ਬੰਨਣੀ ਵੀ ਨਹੀਂ ਆਉਂਦੀ ਹੁੰਦੀ। ਇਹ ਛਾਤੀ ਪਹਿਲਾਂ ਤਲ ਪਖਾਈ ਜਾਂਦੇ ਮੇਰੇ ਸ਼ਾਲੇ ਦੇ ਮੇਰੇ ਸ਼ਾਲੇ ਦੇ ਦੋ ਪਚਕਾਰੀ ਨਾ ਪੈਰ ਨਾਲ ਨਹੀਂ ਮਾਰ ਕੇ ਦੋ ਦੋ ਟੈਂਕ ਇੱਕ ਆ ਰਿਹਾ ਇੱਕ ਆ ਰਿਹਾ। ਟੈਂਕ ਮੈਂ ਚਲਾਉਂਦਾ ਹੋਆ। ਹਾਏ 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 ਭੂਪਾ ਫੌਜੀ ਆ ਜੇ, ਭੂਪਾ ਫੌਜੀ ਨਾ ਆ ਜੇ ਤੁਹਾਡੇ ਚਾਹੇ। ਟਰਾਲੀ ਜੀ ਮੈਨੂੰ ਲੱਗਦਾ ਨੀ ਪਿੰਡ ਪਹੁੰਚੂਗੀ ਜੇ ਇਸ ਹਿਸਾਬ ਦੇ ਹਾਲ ਦਾ। ਮਹਿੰਦਰਾ 575 ਆ ਇਹ। ਸਹੀ ਆ ਯਾਰ, ਮੈਂ ਥੋੜਾ ਭਜਦਾ ਹੀ ਬਹੁਤ ਆ। ਹੈ ਚਾਚਾ ਆ ਰੇਸ ਲਾਈ ਇਹਦੀ, ਮੈਨੂੰ ਲੱਗਿਆ ਕਿਤੇ ਗੇਅਰ ਆਊਟ ਨਾ। ਉਧਰ ਬੰਦਾ ਰਾੜੇ ਦਾ ਟਰੈਕਟਰ ਆ ਮਿੱਤਰੋ, ਇਹ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ। ਕੀ ਕਰਨਾ ਇਹ ਬੜਾ ਭਜਦਾ ਨਾ, ਬੜਾ ਭਜਦਾ ਚਾਚਾ। ਭਜਾ ਕੇ ਵੇਖ ਕੇ ਆਈਏ ਹਜੇ। ਆਪਣਾ ਘੱਟ ਹੀ ਬਹੁਤ ਆ ਭਰਾ, ਘੱਟ ਹੀ ਬਹੁਤ ਆ। ਕਹਿੰਦੇ ਸਰ ਆ ਵੇਖ ਲਾ ਤੂੰ ਲਾਲ ਹੋਈ ਪਈ ਆ ਪੈਪ ਵੇਲਾ ਲੀਰਾ ਨਾ। ਅੱਛਾ ਬੰਨੇ ਆ ਬੈਗ ਦੀ ਸਾ ਲੀਰਾ ਨਾ ਬੰਨੇ
ਨਾ ਯਾਰ ਆਹ ਤਾਂ ਧੱਕਾ ਯਾਰ। ਲੋ ਵੀ ਮਿੱਤਰੋ ਆ ਗਏ ਸੀ ਪਿੰਡ। ਆ ਜਵਾਕ ਜੱਲੇ ਚ ਕਿਵੇਂ ਖੜੇ ਹੋਏ, ਕੀ ਹੋ ਗਿਆ ਏ ਬਈ? ਹਈ ਅੱਛਾ ਲਾ ਲਿਆ ਸਮਾਨ, ਲਾ ਲਿਆ ਲਾ ਲਿਆ ਠੰਡਾ ਜਿਹਾ ਹੋਇਆ। ਢਿੱਲਾ ਜਿਹਾ ਕਿਉਂ ਢਿੱਲਾ ਜਿਹਾ ਕਿਉਂ ਬੋਲਦਾ, ਢਿੱਲਾ ਜਿਹਾ ਕਿਉਂ ਬੋਲਦਾ? ਤੇ ਟਰਾਲੀ ਜੀ ਖਾਲੀ ਕਰਤੀ, ਚਲੋ ਬਾਈ ਛੱਡ ਕੇ ਆਓ ਘੱਟੇ ਵਾਲੀ ਟਰਾਲੀ ਟਰੈਕਟਰ ਮਗਰ ਪਾ ਕੇ ਲੈ ਗਏ ਆਪਾਂ। ਕਿੰਨਾ 7200 ਵਾਟ ਤੇ ਆਰ ਐਮ ਐਸ ਪਤਾ ਨੀ ਕਿੰਨੀ ਇਹਦੀ, ਬਸ ਚਲਾ ਹੀ ਜਾਂਦਾ ਜਿਵੇਂ। ਹਾਂ ਬਾਈ ਹਨੇਰੀ ਪਹੁੰਚ ਗਿਆ ਗਾਈਸ, ਕੱਲ ਤਾਂ ਵਲੋਗ ਸ਼ੂਟ ਕੀਤਾ ਨੀ ਸੀਗਾ, ਬਸ ਕਰ ਗਿਆ ਸੀ ਮੈਂ ਤੇ ਮੈਂ ਐਂਡ ਨੀ ਕੀਤੀ। ਮੈਂ ਕਿਹਾ ਤੁਹਾਨੂੰ ਕਾਈਟ ਕਿਹਾ ਸੀ, ਵਾਅਦਾ ਕੀਤਾ ਸੀ ਤੁਹਾਨੂੰ ਕਾਈਟ ਦਿਖਾਵਾਂਗੇ। ਮੈਂ ਸੁੱਤਾ ਪਿਆ ਸੀ ਤੇ ਹਾਂ ਬਾਈ ਟਾਈਮ ਕੀ ਹੋਇਆ ਏ, ਉੱਤੋਂ ਟੀਪੋ ਹੈ 11 ਵਜ ਗਏ ਗਾਈਸ, ਇੰਨੇ ਆ ਕੇ ਠਾਇਆ ਚਲੀ ਤੇਜ ਨੇ ਆ ਕੇ ਨਾ ਬੁੱਢੇ ਟੋਣ ਹਨੇਰੇ ਹੀ ਆ ਗਿਆ। ਇੱਕੋ ਜੇ ਲਿਆਵਾਂਗੇ ਆਪਾਂ, ਇੱਕੋ ਜੇ ਸਾਰੇ, ਹਾਂ ਵੱਖੋ ਵੱਖਰੇ ਜੇ ਨਹੀਂ ਲਿਆਉਣੇ, ਮੈਂ ਲੜ ਪੈਣਾ। ਇਹਨੂੰ ਕਾਗਜ਼ ਫੜਾ ਦੇ ਬਣਾਈ ਜਾਣਗੇ ਬੈਠੇ ਇੱਥੇ। ਉਹ ਭਰਾਵਾ ਪਤਾ ਸਾਨੂੰ 10,000 ਪੜਿਆ ਨੂੰ ਪੜਾਉਂਦਾ ਯਾਰ, ਇਹ ਯਾਰ ਪੜਿਆ ਨੂੰ ਪੜਾਉਂਦਾ ਭਰਾਵਾ, ਇਹਨੂੰ ਪੜਾਉਂਦਾ ਤੂੰ, ਮੈਂ ਤਾਂ ਆਪ ਜਾ ਚੱਲੀਏ ਬਾਈ ਚਲੋ। ਹਾਂ ਬਾਈ ਕਹਿੰਦੇ ਵੀਰੋ ਕਿੱਥੇ ਆ ਗਏ, ਕਹਿੰਦੇ ਤੰਗ ਵਾਲੀ ਦੁਕਾਨ ਤੇ ਆ ਗਏ। ਜਾ ਭਾਜੋ ਲੈ ਲਓ ਓਏ, ਸਾਰੇ ਖਰੀਦ ਰਹੇ ਹੋ, ਆ ਗਿਆ ਮੈਂ ਤਾਂ ਪੈਸੇ ਹੀ ਦੇਣੇ ਆ ਸਾਰੇ, ਮੈਂ ਵੀ ਤਾਂ ਉਹੀ ਕਹਿ ਰਿਹਾ। ਮਿੱਤਰੋ ਗੁੱਡੇ ਇੱਥੇ ਵਾਧੂ ਪਏ ਆ, ਉਹ ਵੱਡੇ ਵੱਡੇ ਵੀ ਪਏ ਆ, ਵੱਡੇ ਲੈਣੇ ਸੀ ਯਾਰ ਤੇ ਫਿਰ ਅੱਜ ਧੁੰਦ ਜੀ ਬਾਹਲੀ, ਅੱਜ ਧੁੱਪ ਨਾ ਨਿਕਲੀ ਤਾਂ ਉੱਡਣਾ ਨਹੀਂ, ਫਿਰ ਕੀ ਫਾਇਦਾ, ਫਿਰ 10,000 ਦਿਨਾਂ ਦੀ ਗੱਲ ਜਾਊਗੀ। ਇੱਧਰੋਂ ਸਾਰੇ ਇਹਦਾ ਲਈ ਜਾਂਦਾ ਉਹ ਬਾਲਾ ਬਾਲਾ ਵੀਰੇ ਹੈ ਨਾ, ਇਹ ਲਹੂ ਪੀਂਦਾ ਨਾ ਇਹ ਆ ਕੇ, ਉਹ ਦੇ ਦੇ ਬਾਈ ਉਹ ਦੇ ਦੇ 250 ਦੇ ਪਤੰਗ ਤੂੰ ਲੈ ਲੈ। ਕਿੰਨੇ ਕੁ ਪਤੰਗ ਲੈ ਲਏ ਹੋਏ? ਇੱਕ ਤਾਂ ਵਾਹਵਾ ਥੱਬਾ ਹੀ ਚੱਕ ਕੇ ਲੈ ਗਿਆ ਜੀ ਤੂੰ, ਇੱਕ ਹੋਰ ਚੱਕ ਲੈਂਦੇ, ਇੱਕ ਹੋਰ ਚੱਕ ਲੈਂਦੇ ਆ, ਕਰ ਲੈ ਇਕੱਠੇ ਜਿਹੜੇ ਕਰਨੇ ਆ। ਲਿਫਾਫੇ ਜੀ ਵਾਲਾ ਵਧੀਆ ਯਾਰ, ਇਹ ਤਾਂ ਇਹ ਚੇਅਰ ਪੈਟਰਨ ਹੋਰ ਦਿਖਾ ਦੇ ਯਾਰ ਸਾਨੂੰ, ਇੰਡੀਆ ਦਾ ਇੰਡੀਆ ਦਾ ਦਿਖਾ ਦੇ, ਮੇਰਾ ਦੇਸ਼ ਵਤਨ, ਮੈਨੂੰ ਤਾਂ ਭੈਣ ਚੋ ਟੈਰਰਿਸਟ ਕਹਿੰਦਾ। ਹਾਂ ਬਈ ਮਿੱਤਰੋ ਕਿੰਨੇ ਕੁ ਪਤੰਗ ਲੈ ਲਏ, ਕਰੀ ਮੜਾ ਇਹਨੂੰ ਲੱਕੇ ਜਿਹੇ ਨਰੇ ਲੱਗਦੇ ਆ ਇਹ। ਹਾਂ ਪਤੰਗ ਇੱਕ ਆ ਬਾਈ ਮਿਲਿਆ ਸੀ ਆਪਾਂ ਨੂੰ, ਕਿਵੇਂ ਬਾਈ ਕੀ ਨਾਮ ਆ? ਵਧੀਆ ਵਧੀਆ ਨਾਮ ਆ, ਆ ਪਤੰਗ ਲੈ ਮਿਲ ਕੇ ਨਾ ਲੱਕੀ ਤੈਨੂੰ ਬਾਈ, ਖੇਚੀ ਬਹੁਤ ਹੋਣੀ ਆ, ਸਿੱਧੂ ਮੂਸੇ ਵਾਲੇ ਵਾਲੇ ਹੀ ਬਣਾ ਲਿਆ ਆ ਇਹ, ਸਾਰੇ ਮੂਸੇ ਵਾਲੇ ਦੇ ਲਿਆ ਇਹ ਕਹਿੰਦਾ ਸਾਰੇ ਜੋ ਵੱਡੇ ਗਏ ਵੱਡੇ ਵੱਡੇ ਫਿਰ ਆਹੀ ਡਾਉਣੇ ਮੇਰਾ ਸਾਲਾ ਤੱਤਾ ਕਾਲਾ ਕਿੰਨਾ ਮੇਰੇ ਸਾਲਾ, ਪਾਟਿਆ ਹੀ ਚੱਕਣਾ ਸੀ ਉਦੋਂ ਤਾਂ, ਕਹਿੰਦੀ ਕਨੇਡਾ ਵਾਲਾ ਲੈਣਾ ਕਨੇਡਾ ਵਾਲਾ ਲੈਣਾ ਵਾ, ਕਨੇਡਾ ਵਾਲੇ ਨੂੰ ਮੈਂ ਨਾ ਹੱਥ ਪਾਇਆ, ਮੈਂ ਤਾਂ ਕਿਹਾ ਇੰਡੀਆ ਵਾਲਾ ਦੇ। ਦੇਖੋ ਕਿੱਧਰ ਦੀ ਕੱਢਦਾ ਪਤੰਗ, ਜਿਵੇਂ ਕਤੂਰੇ ਸੂਏ ਹੁੰਦੇ ਆ ਉਵੇਂ ਕੱਢੀ ਲਿਆਉਂਦਾ, ਮਰਵਾਊਗਾ ਇਹ, ਅੰਦਰ ਕਰਾਊਗਾ, ਅੰਦਰ ਕਰਾਊਗਾ ਇਹ, ਨਿਕੋਲਾ ਡੁਰਾਈਆਂ, ਫੜ ਲਾ ਫੜ ਲਾ ਫੜ ਲਾ ਜੇਤੀ। ਚਲੋ ਬਾਈ ਮਿੱਤਰੋ, ਹਾਂ ਬਾਈ ਮਿੱਤਰਾ ਪਹਿਲਾਂ ਬੋਕਰ ਚੱਕ ਲਾ ਹਰੇ ਕੋਠੇ ਦੇ ਮਾਰ, ਚੱਲ ਮਾਰ ਲੋ ਬਾ, ਫਿਰ ਚੜਾ ਲਾ ਪਤੰਗ ਜਿਹੜੇ ਚੜਾਉਣੇ ਆ, ਮਾਰੋ ਯਾਰ ਓਏ, ਇੱਥੇ ਟੰਗਿਆ ਸੀ ਮੈਂ ਵੱਟਾ ਪਤੰਗ, ਕਿਹੜਾ ਲਾ ਕੇ ਲੈ ਗਿਆ ਏ,
ਆ ਕਿੰਨਾ ਦਾ ਕੋਠਾ ਕੁੱਤੇ ਨਹੀਂ ਹੱਗ ਹੱਗ ਭਰਿਆ ਪਿਆ ਇਹ ਬਈ ਤੂੰ ਇੱਥੇ ਟੰਗਿਆ ਗਿਆ ਸੀ ਇੱਥੇ ਪਾਟ ਗਈ ਮੈਂ ਪਤੰਗ ਟੰਗਦਾ ਸੀ ਵੱਡਾ ਅੱਧਾ ਪਾਟ ਗਿਆ ਸੀ ਅੱਧਾ ਜੋੜ ਲਿਆ ਹੋਣਾ ਯਾਰ ਓਏ ਤਲਾਵਾਂ ਤਲੂਵਾਂ ਖੜ ਜਾ ਰੁਕ ਜਾ ਜਦੋਂ ਤੈਨੂੰ ਇੱਕ ਵਾਰੀ ਕਹਿ ਹੀ ਦਿੱਤਾ ਫਾੜੇ ਤੋਂ ਡੋਰ ਫਾੜੇ ਪਤੰਗ ਦਿਖਾ ਦੇ ਇੱਕ ਵਾਰੀ ਤੇ ਜੇ ਇੱਕ ਅੱਧਾ ਵੀ ਪਾਟ ਗਿਆ ਜਾਂ ਪਾਟਿਆ ਨਿਕਲ ਗਿਆ ਤੇ ਉਹਨੇ ਲੱਥੇ ਪੈਣੇ ਆ ਜਿਹੜੇ ਦਾ ਪਤੰਗ ਹੋਇਆ ਇਹ ਸਾਰੇ ਖਿਲਾਰਦੇ ਇੱਥੇ ਅਸੀਂ ਫੋਟੋ ਖਿੱਚਣੀ ਆ ਫਿਰ ਜਾ ਯਾਰ ਸਾਜਨ ਲੱਗ ਨਾਲ ਯਾਰ ਉਹੀ ਤਾਂ ਗੱਲ ਆ ਯਾਰ ਅੱਜ ਤੈਨੂੰ ਤਾਂ ਇੰਨੇ ਪਤੰਗ ਦਵਾ ਕੇ ਲਿਆਉਂਦੇ ਆ ਮੂਸੇ ਵਾਲਾ ਪਤੰਗ ਪੈਰ ਥੱਲੇ ਆ ਗਿਆ ਤਾਂ ਮੁੱਕੀਆਂ ਪੈ ਸਕਦੀਆਂ ਤੇਰੇ ਮੇਰੇ ਦੇਸ਼ ਕਾ ਪਤੰਗ ਮੇਰੇ ਡ੍ਰੀਮ ਦੇਸ਼ ਕਾ ਪਤੰਗ ਕੈਨੇਡਾ ਵਾਲਾ ਮੂਧਾ ਕਰਕੇ ਰੱਖ ਹੋਏ ਉਹਨੂੰ ਸੋਹਣਾ ਲੱਗੂ ਡੱਕੇ ਥੱਲੇ ਨੂੰ ਕਰਕੇ ਰੱਖੋ ਪਰ ਕਿਸੇ ਦੇ ਫੋਟੋ ਕਿਵੇਂ ਆ ਕਿਸੇ ਦੇ ਕਿਵੇਂ ਆ ਨਾ ਯਾਰ ਸਾਰੇ ਪਤੰਗ ਬਸ ਇੰਨੇ ਕੀ ਲਿਆਂਦੇ ਗਾਈ ਕਿਉਂ ਇੰਨੇ ਕੀ ਲਿਆਂਦੇ ਆ ਦੇਖ ਲਓ ਇੰਨੀ ਕਿੱਤਾ ਹੁੰਦਾ ਹੈ ਤੇ ਆਸੇ ਪਾਸੇ ਪਤੰਗ ਵੀ ਸਾਨੂੰ ਕੋਈ ਨੀ ਉੜਦਾ ਦੀਂਦਾ ਯਾਰ ਸਬਰ ਕਰੋ ਸਬਰ ਦਾ ਫਲ ਮਿੱਠਾ ਹਨ ਸਬਰ ਦਾ ਫਲ ਮਿੱਠਾ ਹੋਰ ਨਾ 4 ਵਜੇ ਜਾ ਕੇ ਮਿਲੇ ਉਦੋਂ ਸਾਰਾ ਦਿਨ ਲੰਘ ਜੇ ਸੋ ਇੰਨੇ ਸਾਰੇ ਪਤੰਗ ਲਿਆਂਦੇ ਮਿੱਤਰੋ ਤੇ ਇਹ ਕਿੰਨੇ ਦੇ ਅਸੀਂ ਆਪਣੇ 400 ਦੇ ਪਤੰਗ ਆ ਇਹ ਸਾਰੇ ਸਾਡੇ ਇੱਕ ਪਤੰਗ ਮਹਿੰਗੇ ਵੀ ਬਾਲੇ ਆ ਨਹੀਂ 4 ਪਤੰਗ ਘਰੇ ਪਏ ਸੀ 4 ਪਤੰਗ ਘਰੇ ਪਏ ਸੀ ਉਹ ਵੀ ਵਿੱਚ ਪਾ ਕੇ 400 ਦੇ ਪਤੰਗ ਆ ਇਹ ਤੇ 400 ਦੁਕਾਨ ਤੇ ਲਾ ਕੇ ਆਹੋ 400 ਉਹਨਾਂ ਨੂੰ ਦਿੱਤਾ ਤੇ ਉਹ ਤਾਂ ਆਪਾਂ ਗਿਣਤੀ ਨਹੀਂ ਪਏ ਆ ਜਿਹੜਾ ਪਹਿਲਾਂ ਪਿਆ ਸੀ 20-30 ਰੁਪਈਆਂ ਵਾਲਾ ਤੇ ਇਹੀ ਪਤੰਗ 20 ਵਾਲਾ ਥੋੜੀ ਯਾਰ 20 ਦਾ ਤੇ ਹਾਂ 20-30 ਨਹਾਉਂਦਾ ਨਹੀਂ ਧੋਂਦਾ ਨਹੀਂ ਕਾਲੂ ਯਾਰ ਬਈ ਕੌਣ ਕਹਿੰਦਾ ਮੈਂ ਨਹਾਤਾ ਨਹੀਂ ਕੌਣ ਕਹਿੰਦਾ ਵਾਕੜ ਮਿਲਦੇ ਯਾਰ ਤੇ ਹੁਣ ਮਿੱਤਰੋ ਪਤੰਗ ਅਸੀਂ ਸਿਲੈਕਟ ਕਰਕੇ ਆਪਾਂ ਸ਼ੁਰੂ ਕਰਦੇ ਹਾਂ ਡਾਉਣੇ ਕੋਈ ਨਾ ਕੱਢਦੇ ਹਾਂ ਕਿਸੇ ਚੱਕ ਲਿਆ ਜੀ ਬਈ ਹਜੇ ਨਹਾਤੇ ਵੀ ਨਹੀਂ ਯਾਰ ਮੈਂ ਕਹਿੰਦਾ ਯਾਰ ਤੂੰ ਨਹੀਂ ਨਹਾਤਾ ਯਾਰ ਤੇਰਾ ਕੀ ਕਹਿਣਾ ਜਾ ਯਾਰ ਮਿੱਤਰੋ ਪਤੰਗ ਤੁਸੀਂ ਸਾਰੇ ਦੇਖ ਲਿਆ ਤੇ ਚੜਾਉਣ ਲੱਗਦੇ ਆ ਤੁਹਾਨੂੰ ਦੇਖਣ ਨੂੰ ਮਿਲਣਗੇ ਕੱਲ ਨੂੰ ਠੀਕ ਹੈ ਸੋ ਅੱਜ ਲੋਹੜੀ ਅਸੀਂ ਪਤੰਗ ਪਤੁੰਗ ਚੜਾਉਂਦੇ ਆ ਸੋ ਕੱਲ ਅਸੀਂ ਵਲੌਗ ਬਣਾਉਣਾ ਸੀ ਕੱਲ ਯਾਰ ਲੇਟ ਹੋ ਗਏ ਤੁਹਾਨੂੰ ਮੈਂ ਦੱਸਿਆ ਤੇ ਤਾਂ ਕਰਕੇ ਬਣਾਇਆ ਨਹੀਂ ਗਿਆ ਨਹਾ ਨਹੂ ਕੇ ਆ ਕੇ ਪਤੰਗ ਚੜਾਉਂਦੇ ਆ ਹਜੇ ਤਾਂ ਕੋਈ ਚੜਿਆ ਵੀ ਨਹੀਂ ਕਿਹਦੇ ਨਾਲ ਪੇਚਾ ਲਾਉਣਾ ਹਵਾ ਨਾਲ ਉੱਡ ਫੜਿਆ ਬਸ ਠੀਕ ਹੈ ਫਿਰ ਨਹੀਂ ਨਹਾਉਂਦੇ ਸੋ ਮਿੱਤਰੋ ਇਹ ਚੜਾਉਂਦੇ ਆ ਪਤੰਗ ਪਤੁੰਗ ਠੀਕ ਹੈ ਸੋ ਮਿਲਦਾ ਤੁਹਾਨੂੰ ਕੱਲ ਨੂੰ ਜੇ ਵਧੀਆ ਲੱਗਿਆ ਵਲੌਗ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਾਏ ਲਵ ਯੂ।